ਜੀ ਸਾਹਿਬ ਪੀਰੋ ਫਿਰ ਮਨਜੀਤ ਸਿੰਘ ਜੀ ਸਿਮਰ ਸਿੰਘ ਹੋਰੀ ਔਰ ਮੈਂ ਬੇਅੰਤ ਹੋਰ ਨਾਮ ਨੇ ਕਿਹਦਾ ਕਿਹਦਾ ਮੈਂ ਨਾਮ ਕਰਾਂ ਗੁਰਪ੍ਰੀਤ ਸਿੰਘ ਹੋਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਤੁਹਾਨੂੰ ਮਹਾਰਾਜ ਕਿਰਪਾ ਕਰੇ ਤੁਹਾਡੀ ਸਾਰਿਆਂ ਦੀ ਸਦਾ ਹੀ ਚੜ੍ਹਦੀ ਕਲਾ ਕਰੇ ਮੇਰਾ ਗਰੀਬ ਨਵਾਜ ਪਾਤਸ਼ਾਹ ਦੇਸਾਂ ਪ੍ਰਦੇਸਾਂ ਚ ਆਓ ਆਓ ਗੁਰੂ ਖਾਲਸਾ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਦੀਆਂ ਖੁਸ਼ੀਆਂ ਲੈਣ ਲਈ ਮੈਂਬਰ ਹੀ ਨਹੀਂ ਬਣਨਾ ਉਹ ਵੀਰੇ ਦੀ ਮਜਬੂਰੀ ਸੀ ਪਰ ਇਸ ਵੇਲੇ ਉਹ ਸਰੂਪ ਦੇ ਵਿੱਚ ਰੰਗਿਆ ਗਿਆ ਸੀ ਇਸ ਵੇਲੇ ਉਹ ਜਿਹੜਾ ਨੂੰ ਰੂਪ ਚੜਿਆ ਉਹ ਦਸਤਾਰਾ ਵੇਖੋ ਆ ਇੱਕ ਹੋਰ ਕੇਸਰੀ ਦਸਤਾਰੇ ਜਿੱਦਣ ਫਤਿਹਗੜ੍ਹ ਸਾਹਿਬ ਤਕਰੀਰ ਕੀਤੀ ਉਹਨੇ ਇਮਾਮ ਸਿੰਘ ਮਾਨ ਦੇ ਵਾਸਤੇ ਉਹ ਜਿਹੜਾ ਰੂਪ ਚੜਿਆ ਉਹ ਕਿੰਨਾ ਨੂੰ ਚੜਦਾ ਉਹ ਉਹਨਾਂ ਲਾੜਿਆਂ ਨੂੰ ਚੜਦਾ ਜਿਹੜੇ ਲਾੜੀ ਮੌਤ ਵਿਆਹ ਕੇ ਮੁੱਖ ਉਜੜੇ ਲੈ ਕੇ ਜਾਂਦੇ ਉਹ ਰੂਪ ਉਹ ਇਹ ਗੱਲ ਦੀ ਗਵਾਹੀ ਸੀ ਕਲਗੀਧਰ ਜੀ ਉਹਨੂੰ ਆਪਣੇ ਰੂਪ ਸਰੂਪ ਸਭ ਕੁਝ ਬਖਸ਼ਦੇ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵਾਧੀਆਂ ਕਰਦੀਆਂ ਰਹੀਆਂ ਪਰ ਇਹ ਵੀ ਚੇਤੇ ਰੱਖਣ ਇਹ ਮਾਰਿਆ ਮੁੱਕਦੇ ਨਹੀਂ ਉਹ ਅਸੀਂ ਉਹ ਅਣਿਆਲੇ ਤੀਰ ਉਹ ਜਿਹੜੇ ਕਦੇ ਨਾ ਮੁੱਕੇ ਜ਼ਾਲਮ ਦੀ ਇੱਕ ਪਾਗ ਲੰਘ ਜਾਈਏ ਸੁੱਕੇ ਸੱਚੀ ਗੱਲ ਨਾ ਸਾਡੇ ਤੇ ਟੁਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ ਕਿਉਂ ਨਹੀਂ ਮੁੱਕੇ ਇਹ ਕਿਰਪਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦਾਂ ਸਿੰਘਾਂ ਦੀ ਮਰੀਦਾਂ ਦੀ ਪਿਆਰਿਆਂ ਦੀ ਸਚਿਆਰਿਆਂ ਦੀ ਨਿਹੰਗਾਂ ਸਿੰਘਾਂ ਦੀ ਭਜੰਗਾਂ ਸਿੰਘਾਂ ਦੀ ਬਾਣਾ ਵੇਖਦਾ ਸੀ ਨਾ ਦੀਪ ਸਿੰਘ ਐਂ ਹੱਥ ਜੋੜ ਦਿੱਤਾ ਔਰ ਸਰਬਲੋ ਜੀ ਨਾਲ ਇੰਨੀ ਮੁਹੱਬਤ ਸ਼ਸਤਰਾਂ ਨਾਲ ਤੇ ਹੈ ਹੀ ਕਿਤੇ ਸਰਬਲੋ ਦਾ ਬਾਟਾ ਉਹ ਖੁਸ਼ ਹੋ ਜਾਂਦਾ ਵੀ ਅੱਜ ਮੈਂ ਸਰਬਲੋ ਦੇ ਬਾਟੇ ਵਿੱਚ ਛਕ ਰਿਹਾ ਵੀਰੋ ਉਹ ਵਾਕਿਆ ਬਹੁਤ ਅੰਦਰ ਦੀ ਜਿਹੜੀ ਖੇਡ ਸੀ ਨਾ ਦੇਖੋ ਮਾਫੀ ਚਾਹੁੰਦਾ ਦੇਖੋ ਸਰੂਪ ਦੀ ਵੀ ਵੱਡੀ ਮੈਂ ਤਾਂ ਕਹਿ ਨਹੀਂ ਸਕਦਾ ਵੀ ਸਰੂਪ ਦੀ ਲੋੜ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਉਲਟ ਥੋੜੋ ਜਾਵਾਂਗੇ ਪਰ ਵੀਰੋ ਉਹ ਵੀਰਾ ਜੋ ਚਾਹੁੰਦਾ ਸੀ ਉਹ ਤੁਸੀਂ ਕਰਕੇ ਵਿਖਾਓ ਜੇ ਵਾਕਈ ਦੀਪ ਨੂੰ ਪਿਆਰ ਕਰਦੇ ਹੋ ਨਾ ਭੈਣ ਸਰੂਪਾਂ ਵਿੱਚ ਆਓ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਇੱਕਜੁੱਟ ਹੋਈਏ ਇੱਕੇ ਦੀ ਲੜੀ ਵਿੱਚ ਪਰੋ ਹੋ ਜਾਈਏ ਇੱਕ ਦੂਜੇ ਨੂੰ ਪਿਆਰ ਕਰੀਏ ਅਦਬ ਕਰੀਏ ਆਉਂਦੇ ਨਿਸ਼ਾਵਰ ਕਰ ਦਈਏ ਆਉਂਦਿਆਂ ਆਉਂਦਿਆਂ ਦੇ ਮਗਰ ਨਾ ਭੱਜੀਏ ਗੁਰੂ ਵਾਲੇ ਬਣ ਕੇ ਤੁਰੀਏ ਤਾਂ ਸਹੀ ਗੁਰੂ ਕੋਈ ਘਾਟ ਹੀ ਨਹੀਂ ਰਹਿਣ ਦਿੰਦਾ ਉਹ ਰੁਤਬੇ ਦੇ ਦਿੰਦਾ ਜਿਹੜੇ ਕਿਸੇ ਕੋਲ ਵੀ ਨਹੀਂ ਇਨ ਗਰੀਬ ਸਿੰਘਣ ਕੋ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਮਹਾਰਾਜ ਤੇ ਸਰਦਾਰੀ ਪਾਤਸ਼ਾਹੀ ਨਹੀਂ ਤੁਹਾਨੂੰ ਪਾਤਸ਼ਾਹੀ ਦਿੱਤੀ ਆ ਪਾਤਸ਼ਾਹੀ ਔਰ ਪਾਤਸ਼ਾਹੀ ਦਾ ਦਾਵਾ ਇਹ ਸਦਾ ਹੀ ਰਿਹਾ ਤੇ ਸਦਾ ਹੀ ਰੱਖਣਾ ਭੁੱਲਾਂ ਦੀ ਮੁਆਫੀ ਆਓ ਅਗਲਾ ਪ੍ਰੋਗਰਾਮ ਪ੍ਰੇਮ ਦੇ ਨਾਲ ਸੁਣਨਾ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਬੇਸ਼ੱਕ ਥੋੜੀ ਤਪਸ਼ ਵਾਲਾ ਹੋ ਗਿਆ ਜੋ ਪੰਡਾਲ ਦਾ ਇਰਦਾ ਗਿਰਦਾ ਪਰ ਕੋਈ ਨੀ ਉਹ ਦਿਨ ਯਾਦ ਕਰ ਲਈਏ ਜਦੋਂ ਸਾਡੇ ਵੀਰ ਉਹ ਕਿੱਡਾ ਵੱਡਾ ਘੱਲੂਘਾਰ ਵਾਪਰਿਆ 1984 ਤੇ ਉਹਨਾਂ ਵੀਰਾਂ ਨੂੰ ਵੀਰੋ ਇਹੋ ਜਿਹੀਆਂ ਜਗ੍ਹਾ ਤੇ ਰੱਖਿਆ ਕਿੰਨੇ ਕਿੰਨੇ ਜਣੇ ਤੇ ਉਹਨਾਂ ਨੂੰ ਜਲ ਵੀ ਨਹੀਂ ਸੀ ਪੀਣ ਨੂੰ ਦਿੱਤਾ ਜਾਂਦਾ ਆਪਾਂ ਨੂੰ ਤਾਂ ਛਕਣੋਂ ਇੱਧਰ ਉੱਧਰ ਛਕ ਛਕਾ ਕੇ ਪਿਆ ਜਾਂਦੇ ਨਾ ਭੁੱਖੇ ਪਿਆਸੇ ਉਹਨਾਂ ਸਿਦਕ ਨਿਭਾਏ ਔਰ ਉਹਨਾਂ ਨਾ ਸੀ ਕੀਤੀ ਨਾ ਹਾਏ ਉਹ ਫਿਰ ਅਮਰ ਹੋ ਗਏ ਸਿਦਕ ਨਿਭਾਉਣਾ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦੱਸਿਆ ਬੜੇ ਬਹੁਤ ਚੜ੍ਹਦੀ ਕਲਾ ਵਾਲੇ ਬੁਲਾਰੇ ਨੇ ਉਹਨਾਂ ਬੋਲਣਾ ਤੇ ਆਪ ਜੀ ਨੇ ਜ਼ਰੂਰ ਸੁਣਨਾ ਵੀਰ ਸੰਦੀਪ ਸਿੰਘ ਦੀਪ ਸਿੱਧੂ ਉਹ ਪਿਆਰਾ ਵੀਰਾ ਉਹ ਕੌਮੀ ਹੀਰਾ ਉਹ ਕੌਮੀ ਯੋਧਾ ਗੁਰਮੁਖ ਪਿਆਰਿਓ ਉਹ ਆਪਣਾ ਲਹੂ ਡੋਲ ਕੇ ਉਹ ਪੰਥ ਦੇ ਵਿੱਚ ਹੀ ਉਹ ਉਸ ਮਹਾਰਾਜ ਦੇ ਪੰਥ ਵਾਸਤੇ ਔਰ ਪੰਥ ਦੇ ਵਿੱਚ ਅਭੇਦ ਹੋ ਗਿਆ ਜਿਹੜਾ ਪੰਥ ਮਾਰਿਆ ਮੁੱਕਣ ਵਾਲਾ ਨਹੀਂ ਸਦਾ ਵਾਸਤੇ ਅਮਰ ਸਦਾ ਵਾਸਤੇ ਅਮਰ ਅਮਰ ਸ਼ਹੀਦਾਂ ਦੀ ਅਮਰ ਪਾਕ ਮੁਕੱਦਸ ਮੁਹੱਬਤ ਭਰੀ ਉਹਨਾਂ ਦੀ ਉਹ ਜਗ ਦੀ ਜੋਤੀ ਨੂੰ ਪ੍ਰਣਾਮ ਕਰਦਿਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਮੇਰਾ ਕਰੇ ਮੇਰਾ ਸਤਿਗੁਰੂ ਸਦਾ ਹੀ ਚੜ੍ਹਦੀਆਂ ਕਲਾ ਰਹਿਣ ਯੋਧੇ ਇਸ ਨਗਰ ਦੇ ਜਿਹਨਾਂ ਸੱਚਾ ਔਰ ਸੋਹਣਾ ਪ੍ਰਬੰਧ ਕੀਤਾ ਸਾਰਿਆਂ ਦਾ ਹੀ ਧੰਨਵਾਦ ਤੇ ਸਭ ਨੂੰ ਬੇਨਤੀ ਵੀਰੋ ਆਪਾਂ ਸਿਰਫ ਦੀਵਾਨਾਂ ਤੱਕ ਨਹੀਂ ਕੁਝ ਕਰਕੇ ਵਿਖਾਉਣਾ ਤੁਰਨਾ ਤੇ ਉਹ ਵੀਰਾ ਜਿਹੜੇ ਬਚਨ ਕਹਿ ਗਿਆ ਉਹ ਹਿਰਦੇ ਚ ਵਸਾ ਲਓ ਮਹਾਰਾਜ ਮੇਰ ਕਰੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।